ਅਸਲਾਮ ਵਾਲੇਕਮ ਦੋਸਤੋ ਦੋਸਤੋ ਤਰ੍ਹਾਂ ਮੈਂ ਛੋਟਾ ਭਾਈ ਅਦੀਲ ਅਜਮ ਜੱਟ ਉਹ ਤੁਸੀ ਦੇ ਦੇ ਪੇ ਮੇਰਾ YouTube ਚੈਨਲ ਐਗਰੀਕਰਚਾ ਇਨਫੋਰਮੇਸ਼ਨ ਦੋਸਤੋ ਵੀਡੀਓ ਸਟਾਰ ਸਾਰੀ ਵੀਡੀਓ ਹੈਗੇ ਡੀਏਪੀ ਸਬਸਿਡੀ ਦੇ ਹਵਾਲੇ ਨਾਲ ਕਿ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਭਰਾਏ ਮਿਹਰਬਾਨੀ ਮੇਰੇ ਪਹਿਲੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਠੀਕ ਹੈ ਦੋਸਤੋ ਦੋਸਤੋ ਤੁਹਾਨੂੰ ਦੱਸਦੇ ਆ ਕਿ ਡੀਏਪੀ ਸਬਸਿਡੀ ਕਿਸ ਤਰ੍ਹਾਂ ਵਸੂਲ ਹੁੰਦੀ ਹੈ ਉਹ ਬਾਰੇ ਲੋਕ ਕਹਿੰਦੇ ਆ ਕਿ ਇਹ ਡੀਏਪੀ ਸਬਸਿਡੀ ਕੋਈ ਪੈਸੇ ਨਹੀਂ ਆ ਰਹੇ ਕੋਈ ਸ਼ੈ ਨਹੀਂ ਆ ਰਹੇ ਲੇਕਿਨ ਦੋਸਤੋ ਇਹ ਗੱਲ ਝੂਠੀ ਹੈ ਮੈਂ ਆਪ ਖੁਦ ਖੁਦ ਮੈਂ ਇੱਕ ਬੋਰੇ ਵਿੱਚੋਂ ਲਏ ਸੀਗੇ 500 ਰੁਪਏ ਮੈਨੂੰ ਆਏ ਸੀਗੇ ਲੇਕਿਨ 2019 ਦੇ 20 ਦੇ ਵਿੱਚ ਮੈਂ ਲਏ ਸੀਗੇ ਲੇਕਿਨ 2021 ਦੇ ਵਿੱਚ ਦੋਸਤੋ ਇਹ 1000 ਰੁਪਿਆ ਹੋ ਗਿਆ ਡੀਏਪੀ ਸਬਸਿਡੀ ਦੇ ਵਿੱਚੋਂ ਲੇਕਿਨ ਦੋਸਤੋ ਕਿਹਦੀ ਸਬਸਿਡੀ ਹੈ ਉਹ ਕਲੇ ਡੀਏਪੀ ਦੇ ਬੋਰੇ ਵਿੱਚੋਂ ਨਹੀਂ ਨਿਕਲਦੀ ਔਰ ਕਿੰਨੇ ਬੋਰੇ ਵਿੱਚ ਨਿਕਲਦੇ ਹੈ ਜੈਨੇ ਇੱਕ ਪਟਾਸ਼ ਦੇ ਵਿੱਚੋਂ ਵੀ ਨਿਕਲਦੇ ਹੈ ਤੇ ਐਂਗਰ ਸਰਸਵ ਦੇ ਕੇਰਾਵਾ ਯੂਰਗਾ ਐਂਗ ਸਰਸਰ ਦੇ ਨੈਟਰੋ ਫਾਸ ਹੋਰ ਵਿੱਚੋਂ ਵੀ ਨਿਕਲਦੀ ਹੈ ਔਰ ਕਹਰੇ ਬੀ ਮੱਕੀ ਦੇ ਹੁੰਦੇ ਆ ਬਾ ਲੋਕਲ ਜਿਹੜੇ ਕੰਮ ਨੇ ਬੀ ਹੁੰਦੇ ਉਹਨਾਂ ਦੇ ਵਿੱਚੋਂ ਵੀ ਡੀਪੀ ਸਬਸਿਡੀ ਨਿਕਲਦੇ ਆ ਔਰ ਕਹਰੇ ਦੂਜੇ ਤਿਲਾਂ ਦੇ ਵੀ ਉਹਨਾਂ ਵਿੱਚੋਂ ਨਿਕਲਦੇ ਸਪਰੇਅ ਆਲਾ ਦੇ ਵਿੱਚੋਂ ਨਿਕਲ ਲੇਕਿਨ ਕਾਫੀ ਜਗ੍ਹਾ ਤੋਂ ਡੀ ਸਬਸਿਡੀ ਵਸੂਲ ਹੁੰਦੀ ਹੈ ਲੇਕਿਨ ਅਸੀਂ ਕਰਦੇ ਅਸੀਂ ਪੈਸੇ ਉਹ ਜ਼ਾਇਆ ਕਰ ਦਿੰਦੇ ਸਾਨੂੰ ਲੈਣ ਦਾ ਤਰੀਕਾ ਕਾਰ ਨਹੀਂ ਹੁੰਦਾ ਲੇਕਿਨ ਦੋਸਤੋ ਏਡਾ ਔਖਾ ਕੰਮ ਕੋਈ ਨਹੀਂ ਹੈਗਾ ਕਿ ਇੱਕ ਸਾਰਾਂ ਤੋਂ ਪਹਿਲੇ ਉਹਰੇ ਵਾਸਤੇ ਕਿਸਾਨ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੈ ਅਗਰ ਕਿਸਾਨ ਰਜਿਸਟਰ ਹੈ ਤੋਂ ਉਹਨਾਂ ਵਾਸਤੇ ਕੋਈ ਵੀ ਪਰੇਸ਼ਾਨੀ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ ਦੋਸਤੋ ਸਾਰਾਂ ਤੋਂ ਪਹਿਲੇ ਆਪਣਾ ਜੋ ਵੀ ਛੋਟਾ ਵੱਡਾ ਜ਼ਿੰਮੇਵਾਰ ਉਹ ਆਪਣਾ ਕਿਸਾਨ ਕਾਰਡ ਬਣਾਏ ਉਹ ਕਿਸਾਨ ਕਾਰਡ ਬਣਾਵ ਕੇ ਤੋਂ ਕੋ ਕਿਸਾਨ ਕਾਰਡ ਬਣਾਉਣਾ ਨਾ ਤਾਂ ਉਹਨਾਂ ਨੇ شناਤੀ卡 ਨੰਬਰ ਵੀ ਜਿਸਟਰਡ ਕਰਦਣਾ ਕੋ ਤੁਸੀਂ ਬੋਰਾ ਖੋਲੋ ਨਾ ਡੀਏਪੀ ਦਾ ਖੋਲੋ ਦੂਜਾ ਖੋਲੋ ਤੁਸੀਂ ਸਕ੍ਰੈਚ ਨੰਬਰ ਕਰਨਾ ਮੈਂ ਕਰਕੇ ਮੈਸੇਜ ਵਿੱਚ ਜਾਣਾ ਮੈਸੇਜ ਵਿੱਚ ਜਾ ਕੇ ਤੇ ਇਸ ਪਲੇਸ ਕ੍ਰਾਸ਼ ਨੰਬਰ ਲਿਖਣਾ ਹੈ ਜੇ ਤੁਹਾਨੂੰ ਮੈਸੇਜ ਆਇਆ ਹੈ ਕਿ ਤੁਹਾਡੇ ਸਾਰਾ ਟਿਕਾਣਾ ਨੰਬਰ ਲੇ ਕੇ ਤੁਹਾਨੂੰ ਅਮਲ ਕੀਤਾ ਜਾ ਰਿਹਾ ਹੈ 80% ਕਰ ਲਿਆ ਸਮਸ ਲੇਕਿਨ ਦੋਸਤੋ ਇਹ ਸੈਂਡ ਫੀ ਨਹੀਂ ਹੁੰਦਾ ਦੋਸਤੋ ਇਹ ਇਤਿਹਾਤ ਥੋੜੀ ਪੈਸੇ ਲਾਦੇ ਨੰਬਰ ਚੱਲ ਗਿਆ ਮਗਰ ਚੱਲ ਗਿਆ ਹੋਰ ਪੈਸੇ ਹੈ ਨੰਬਰ ਤਾਰੇ ਪੈਸੇ ਆਉਣੇ ਚੱਲ ਗਿਆ ਸੈਂਡ ਹੋ ਗਿਆ ਫਿਰ ਤੁਹਾਨੂੰ ਚੰਦ ਸਾਈਕਲ ਆ ਬਹੁਤ ਬਾਰ ਮੈਸੇਜ ਆਇਆ ਨਾ ਕਿ ਇਹ ਦੀ ਕਿ ਤੁਹਾਡਾ ਦਰਖਾਸਤ ਅਮਲ ਕੀਤਾ ਜਾ ਰਹਾ ਹੈ ਤੁਹਾਨੂੰ ਜਲਦੀ ਆਨੇ ਮਿਲ ਜਾਈਏ ਠੀਕ ਹੈ ਦੋਸਤੋ ਮੈਂ ਇਸ ਤਰ੍ਹਾਂ ਦਾ ਮੈਸੇਜ ਆਉਂਦਾ ਹੈ ਕਿਸੇ ਆ ਵੀ ਗਿਆ ਨੇ ਕਹਿੰਦੇ ਆ ਰਸੀਦ ਕਿਦਾ ਕਰਨੇ ਦੋਸਤੋ ਅਗਰ ਉਹ ਤੁਹਾਨੂੰ ਮਤਲਬ ਜਾਂ ਸਾਥੀ ਦਾ ਨੰਬਰ ਕਿਸਾਨ ਕਾਰਡ ਸਾ ਕੋਈ ਵੀ ਅੱਗੇ ਪਿੱਛੇ ਹੋ ਗਲਤ ਹੋ ਗਿਆ ਫੇਰ ਤੁਹਾਨੂੰ ਉਹਨੇ ਮੈਸੇਜ ਕਰ ਦੇਣਾ ਕਿ ਤੁਹਾਡਾ ਸਾਥੀ ਦਾ ਨੰਬਰ ਨਹੀਂ ਕਿਹਾ ਉਹਨੂੰ ਕੁੱਟਿਆ ਗਿਆ ਇਹ ਗਲਤ ਹੈ ਅਗਰ ਦੋਸਤੋ ਤੁਹਾਡਾ ਕੋਈ ਹੋਣਾ ਪੈਂਦਾ ਦਰਸਤ ਨਹੀਂ ਅਗਰ ਦੋਸਤੋ ਤੁਹਾਡਾ ਕੋਈ ਕਾਮਨ ਨੰਬਰ ਜੋ ਦੋਸਤੋ ਸਕ੍ਰੈਸ਼ ਨੰਬਰ ਹੁੰਦਾ ਨਹੀਂ ਹੈ ਤੁਸੀਂ ਕਰਤਾ ਉਹ ਗਲਤ ਕਿਤੇ ਲੈ ਹੋ ਗਿਆ ਫੇਰ ਵੀ ਤੁਹਾਨੂੰ ਉਹਨਾਂ ਦਾ ਦੱਸਣਾ ਕਿ ਤੁਹਾਡਾ ਸਕ੍ਰੈਸ਼ ਨੰਬਰ ਹੈ ਨਾ ਏਟੀਐਮ ਗਲਤ ਹੈ ਵਿੱਚ ਠੀਕ ਹੈ ਦੋਸਤੋ ਦੋਸਤੋ ਸਾਰੇ ਪਹਿਲੇ ਕਿਸਾਨ ਕਾਰਡ ਬਣਾਓ ਨੰਬਰ ਦੇਣ ਤੋਂ ਬਾਅਦ ਤੁਹਾਡਾ ਫੇਰ ਦੋਸਤੋ ਇੱਕ ਹੋਰ ਕਰਦਾ ਜਾਵਾਂ ਤੁਹਾਨੂੰ ਇੱਥੇ ਮੈਂ لیکن ਇਹ ਕੈਸ਼ ਰਾਤੀ ਕੋ ਤੁਹਾਡੇ ਸਾਰੇ ਨੰਬਰ ਚੱਲ ਜਾਂਦੇ ਆ ਮੋਬਾਈਲ ਲੋਕ ਆnde ਨੰਬਰ ਸੈਂਡ ਕਰਦੇ ਆ ਮੈਸੇਜ ਜਰੀਏ ਲੇਕਿਨ ਉਹ ਮੈਸੇਜ ਬਾਈਟਾ ਮੋਬਾਈਲ ਬੰਦ ਹੋਣ ਦੀ ਸੂਰਤ ਵਿੱਚ ਨੈਟਵਰਕ ਨਾ ਹੋਣ ਦੀ ਮੈਸੇਜ ਤੁਹਾਨੂੰ ਪੈਸੇ ਨਹੀਂ ਹੁੰਦੇ ਔਰੇ ਵਾਹ ਦੋਸਤੋ ਡੀਏਪੀਆਰ ਨੇ ਇੱਕ ਐਪ ਬਣਾਈ ਹੈ ਜੋ ਐਪ ਹੈ ਉਹ ਮੈਂ ਇੰਸਟਾਲ ਵੀ ਕੀਤੀ ਹੈ ਨੈਕਸਟ ਵੀਡੀਓ ਮੇਰੀ ਹੋਰੀ ਹੈਗੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਲਿੰਕ ਦੇ ਦੂੰਗਾ ਤੁਸੀਂ ਆ ਕੇ ਡਿਸਕ੍ਰਿਪਸ਼ਨ ਦੇ ਜਾ ਕੇ ਉਹ ਐਪ ਨੂੰ ਇੰਸਟਾਲ ਕਰਿਓ ਔਰੇ ਵਿੱਚ ਡੀਏਪੀ ਸਬਸਿਡੀਆਂ ਕੋ ਆਪਣਾ ਸ਼ਨਾਖਤਕਰਨ ਨੰਬਰ ਲਾਉਣਾ ਨਾ ਉਹ ਸ਼ਨਾਖਤਕਰਨ ਨੰਬਰ ਤੁਸੀਂ ਲਾਉਣਾ ਆਪਣਾ ਇਹ ਕਿਹੜਾ ਦਾ ਰਜਿਸਟਰ ਨੰਬਰ ਹੁੰਦਾ ਹੈ ਕਾ ਜਿਸਟਰ ਨੰਬਰ ਉਹ ਤੁਸੀ شناخت ਕਾਰਨ ਉਹ ਉੱਥੇ ਲਾ ਕੇ ਤੁਸੀ ਐਪ ਇੰਸਟਾਲ ਕਰਨੀ ਹੈ ਕਿਰਾ ਤੁਹਾਡਾ ਮੈਸੇਜ ਫਸਿਆ ਆਊਗਾ ਜਾਨੀ ਕਿ ਨਾ ਆਇਆ ਹੋਊਗਾ ਉਹ ਤੁਹਾਨੂੰ ਸ਼ੋ ਹੋਗਾ ਤੁਹਾਡੇ ਤੱਕ ਨਹੀਂ ਪਹੁੰਚਿਆ ਉਹ ਤੁਹਾਡੇ ਵਿੱਚ ਆ ਜਾਏਗਾ ਕੋ ਉਹ ਤੁਹਾਡੇ ਵਿੱਚ ਉਹ ਐਪ ਦੇ ਵਿੱਚ ਤੁਹਾਡਾ ਨੰਬਰ ਆ ਜਾਊਗਾ ਫਿਰ ਤੁਸੀਂ ਕਰਨਾ ਉਹ ਐਪ ਦੇ ਵਿੱਚੋਂ ਕਿੰਦਾ ਕਾਰਡ ਦੇ ਵਿੱਚ ਆਇਆ ਜਾਂ ਇਜ਼ੀ ਪੈਸਾ ਜਾਂ ਕਿਸ ਤਰ੍ਹਾਂ ਮੈਂ ਤੁ ਜਾਓ ਤੁਸੀਂ ਪੈਸੇ ਵਸੂਲ ਕਰ ਸਕਤੇ ਹੈ ਠੀਕ ਹੈ ਦੋਸਤੋ ਦੋਸਤੋ ਆਪਾਂ ਪੈਸੇ ਐਵੇਂ ਜ਼ਾਇਆ ਕਰਦੇ ਆਂ ਲੇਕਿਨ ਇਹ ਕਾਫੀ ਸਾਰੇ ਪੈਸੇ ਹੁੰਦੇ ਆ ਹਜ਼ਾਰ ਰੁਪਏ ਹੁੰਦਾ ਯਾਨੀ ਕਿ ਇਹ ਬੋਰੇ ਦੀ 6500 ਰੁਪਿਆ ਡੀਏਪੀ ਦੀ ਕੀਮਤ ਹੈ ਲੇਕਿਨ ਉਹ 1000 ਰੁਪਿਆ ਹੁੰਦਾ ਲੇਕਿਨ 5500 ਦਾ ਬੋਰਾ ਪੈ ਜਾਂਦਾ ਠੀਕ ਹੈ ਤਾਂ ਦੋਸਤੋ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਜਾਵਾਂ ਕਿ ਬਹੁਤ ਸਾਰੇ ਲੋਕ ਬੋਰਾ ਖੋਲਦੇ ਆ ਤਾਂ ਸਕ੍ਰੈਚ ਨੰਬਰ ਕਰਾ ਉਹ ਖਰਾਬ ਹੋ ਜਾਂਦਾ ਯਾਨੀ ਕਿ ਪਿੱਛੋਂ ਹੀ ਕੋਈ ਖਰਾਬ ਆ ਜਾਂਦਾ ਲੇਕਿਨ ਔਰੇ ਵਾਸਤੇ ਦੋਸਤੋ ਤਰੀਕਾ ਹੈਗਾ ਔਰੇ ਵਾਸਤੇ ਕਿ ਬੋਰਾ ਖੋਲਦੇ ਆ ਡੀਏਪੀ ਸਬਸਿਡੀ ਦਾ ਤਾਂ ਔਰੇ ਉਤਲੀ ਸਾਈਡ ਤੇ ਇੱਕ ਓਪਨ ਨੰਬਰ ਹੁੰਦਾ ਉੱਥੇ ਵੀ ਡੀਏਪੀ डी ए पी लेके थोड़े हिंसे होंगे है ठीक है लेकिन वो दोस्तों के नंबर आज जरात आया दफ्तर ले जो उड़ा बोरा से खोलिया लेकिन यहाँ कॉमन नंबर क्या सब कुछ ख़राब हो गया तो बोरा दफ्तर लैके जाऊंगे तो उसे वह नंबर दवोंगे दोगे थोड़ा अपने कंप्यूटर पा के लै टैबलेट पा के तहरा नव नंबर कॉमन नंबर दुरुस्त कॉमन नंबर ਉਹ ਦੇ ਦੇਣਗੇ ਦੇ ਕੇ ਫਿਰ ਤੁਸੀਂ ਸਬਸਿਡੀ ਮੈਸੇਜ ਲੇ ਕੇ ਮੈਸੇਜ ਕਰਕੇ ਤੇ ਹਾਸਲ ਕਰ ਸਕਦੇ ਆ আচ্ছা ਦੋਸਤੋ ਅਗਰ ਤੁਸੀਂ ਕਹਿੰਦੇ ਇਹ ਕੰਮ ਨਹੀਂ ਹੁੰਦਾ ਹੈਗਾ ਅਗਰ ਡੀਪੀ ਸਬਸਿਡੀ ਪੈਸੇ ਸਾਕੋ ਨਹੀਂ ਲੈ ਆਉਣੇ ਤਾਂ ਔਰੇ ਵਾਤੇ ਤੁਸੀਂ ਖਾ ਲੈਂਦੇ ਕਿਸੇ ਵੀ ਦੁਕਾਨ ਤੋਂ ਤੁਸੀਂ ਉਹਨਾਂ ਨਾਲ ਗੱਲ ਕਰ ਲੋ ਕਿ ਭਾਈ ਤੁਹਾਨੂੰ ਅਸੀਂ ਕਾਮਨ ਨੰਬਰ ਦੇ ਦਾਂਦੇ ਆ ਤੇ ਸਕ੍ਰੈਚ ਨੰਬਰ ਕੱਢ ਕੇ ਦੇ ਦਿੰਦੇ ਸਾਨੂੰ ਤੁਸੀਂ 1000 ਰੁਪਇਆ ਨਾ ਦਿਓ ਤੁਹਾਨੂੰ 800 ਰੁਪਇਆ ਦੇ ਦਿਓ 200 ਤੁਸੀਂ ਰਾਲ ਲੋ ਆਪਣਾ ਨੰਬਰ ਲੈ ਲਿਓ ਲੇਕਿਨ ਦੋਸਤੋ ਇੰਦਾ ਵੀ ਲੋਕੀ ਲੈਂਦੇ ਆ ਇੰਦਾ ਵੀ ਦੇ ਹੋ ਜਾਂਦਾ ਲੇਕਿਨ ਸਾਡੇ ਡੇਰੇ ਤੇ ਇੱਕ ਵਾਰੀ ਆਇਆ ਸੀ ਭਾਈ ਉਹ 150 ਰੁਪਇਆ ਦੇ ਵਿੱਚ ਨੰਬਰ ਖਰੀਦਦਾ ਸੀਗਾ ਲੇਕਿਨ ਉਹਨੇ ਕਾਫੀ سارے ਨੰਬਰ ਇਕੱਠੇ ਕੀਤੇ ਲੇਕਿਨ ਉਹ ਦੋਦਾ ਕਹਿਣਾ ਸੀਗਾ ਮੈਂ 200 ਰੁਪਇਆ 300 ਰੁਪਇਆ ਵੀ ਨੰਬਰ ਲਏ ਆ ਉਹ ਮੇਰੇ ਕੋ 60 70 ਨੰਬਰ ਮੈਂ ਬੋਰਾ ਦੇ ਪੈਸੇ ਲਏ ਹੈ ਯਾਨੀ ਕਿ 60 70000 ਰੁਪਇਆ ਉਹਨੇ ਇਕੱਠਾ ਕੀਤਾ ਸੀਗਾ ਠੀਕ ਆ ਦੋਸਤੋ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਈਏ ਠੀਕ ਆ ਦੋਸਤੋ ਮਿਲਦੇ ਆਗੇ ਨੈਕਸਟ ਵੀਡੀਓ ਵਿੱਚ ਉੱਥੇ ਤੁਹਾਨੂੰ ਦੱਸਾਂਗੇ ਕਿ ਆਨਲਾਈਨ ਕਿਸਾਨ ਕਿੰਦਾ ਰਜਿਸਟਰ ਹੁੰਦਾ ਵੈ ਔਰ ਕਿਸ ਤਰ੍ਹਾਂ ਤੁਸੀਂ ਆਪਣਾ ਵੈਬਸਾਈਟ ਬਣਾ ਕਿਸਾਨ ਦੀ ਵੈਬਸਾਈਟ ਤੇ ਜਾ ਕੇ ਇਹ ਐਗਰੀਕਲਚਰ ویب سائٹ ਤੇ ਜਾ ਕੇ ਕਹਿੰਦਾ ਤੁਸੀਂ ਆਪਣਾ ਕਾਰਡ ਆਨਲਾਈਨ ਵੀ ਕਾਰਡ ਬਣਾ ਸਕਦੇ ਆ ਇਸ ਨਾਲ ਜਾ ਜੀ ਜੀ ਮੈਂ ਹੋਰ ਆਪਕਾ ਦਿਲਾਂ